ਅੱਜ ਤੁਹਾਡੇ ਸਾਰਿਆਂ 'ਚ ਆ ਕੇ ਮੈਨੂੰ ਮੇਰਾ ਬਚਪਨ ਚੇਤੇ ਆ ਗਿਆ। ਅੱਜ ਤੁਹਾਡੇ ਸਾਰਿਆਂ 'ਚ ਹੀ ਮੈਂ ਆਪਣੇ ਆਪ ਨੂੰ ਵੇਖ ਰਿਹਾ। ਅਤੇ ਇੱਕ ਗੱਲ ਸੱਜਣੋ, ਮੈਂ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਪੁੱਛਣੀ ਚਾਹੁੰਦਾ ਹਾਂ, ਕਿਉਂਕਿ ਹਰ ਇੱਕ ਇਨਸਾਨ ਦਾ ਇੱਕ ਮਕਸਦ ਹੁੰਦਾ ਹੈ, ਜ਼ਿੰਦਗੀ ਦਾ ਇੱਕ ਟੀਚਾ ਹੁੰਦਾ ਹੈ, ਜੋ ਆਪਣੇ ਸੁਪਨਿਆਂ ਰਾਹੀਂ ਵੀ ਵੇਖਦਾ ਹੈ ਕਿ ਮੈਂ ਵੱਡਾ ਹੋ ਕੇ ਆਹ ਬਣਨਾ ਹੈ, ਮੈਂ ਵੱਡਾ ਹੋ ਕੇ ਆਹ ਬਣਨਾ ਹੈ। ਸੋ ਮੇਰੇ ਜ਼ਿਹਨ 'ਚ ਵੀ ਤੁਹਾਡੇ ਲਈ ਕੋਈ ਸਵਾਲ ਹੈ, ਮੈਂ ਵੀ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਵੱਡਿਆ ਹੋ ਕੇ ਕੀ ਬਣਨਾ ਹੈ। ਸਭ ਤੋਂ ਪਹਿਲਾਂ ਮੈਂ ਸਾਡੀ ਇਸ ਧੀ ਰਾਣੀ ਨੂੰ ਪੁੱਛੂੰਗਾ ਕਿ ਤੁਸੀਂ ਵੱਡੇ ਹੋ ਕੇ ਕੀ ਬਣਨਾ ਹੈ। ਜੀ, ਮੈਂ ਵੱਡੀ ਹੋ ਕੇ ਟੀਚਰ ਬਣਨਾ ਚਾਹੁੰਦੀ ਹਾਂ। ਵੈਰੀ ਗੁੱਡ ਬੇਟਾ, ਵੈਰੀ ਗੁੱਡ। ਉਸ ਤੋਂ ਬਾਅਦ ਮੈਂ ਸਿੰਘ ਸਾਹਿਬ ਨੂੰ ਪੁੱਛਣਾ ਚਾਹੂੰਗਾ ਕਿ ਦੋਸਤਾ, ਤੁਸੀਂ ਵੱਡੇ ਹੋ ਕੇ ਕੀ ਬਣਨਾ ਹੈ? ਜੀ, ਮੈਂ ਵੱਡਾ ਹੋ ਕੇ ਆਰਮੀ ਆਫਿਸਰ ਬਣਨਾ ਚਾਹੁੰਦਾ। ਆਰਮੀ ਅਫਸਰ ਬਣਨਾ ਹੈ? ਤਾੜੀਆਂ, ਤਾੜੀਆਂ। ਸੋ ਹੁਣ ਸਾਡਾ ਮੁੰਡਾ ਭਾਈਆ ਇੱਕ ਨੀਵੀਂ ਭਾਈ ਬੈਠਾ ਹੁੰਦਾ, ਮੈਂ ਉਹਨੂੰ ਪੁੱਛਣਾ ਹੈ ਕਿ ਤੁਸੀਂ ਵੱਡੇ ਹੋ ਕੇ ਕੀ ਬਣਨਾ ਹੈ? ਬੋਲ ਮੇਰਾ ਪੁੱਤ, ਬੋਲ ਬੋਲ। ਜੀ, ਇਹਨੇ ਕੀ ਬਣਨਾ ਹੈ, ਇਹਦੇ ਤਾਂ ਮਾਂ ਪਿਓ ਹੀ ਨਹੀਂ ਹੈਗੇ। ਐਵੇਂ ਕਡੋਲੀ ਜਾਂਦਾ? ਲਾ ਜਾ, ਮੈਂ ਤੈਨੂੰ ਇੱਕ ਕਹਾਣੀ ਸੁਣਾਉਣਾ ਜਮਾਂ ਸੱਚੀ। ਇੱਕ ਤੇਰੇ ਵਰਗੇ ਬੱਚਾ ਸੀ, ਜਿਹਦਾ ਸਭ ਕੁਛ ਘਰ ਬਾਰ ਸਭ ਵਿਕ ਗਿਆ ਸੀ, ਪਰ ਡਿੱਗ ਡਿੱਗ ਉੱਠਦੇ ਜਵਾਰ ਨਹੀਂ ਮੰਨਦਾ, ਭੀੜ ਵਿੱਚੋਂ ਉੱਠ ਕੇ ਸਟਾਰੇ ਉਹਦੇ ਬਣਦਾ।
ਦੋਸਤੋ ਸਮਾਂ ਬੀਤਦਾ ਗਿਆ, ਜ਼ਿੰਦਗੀ ਦੇ ਵਰਕੇ ਪਲਟਦੇ ਗਏ, ਮਿਹਨਤ ਔਰ ਯਕੀਨ ਦਾ ਪੱਲਾ ਫੜਦੇ ਹੋਏ ਉਹ ਮੁੰਡਾ ਅੱਗੇ ਵੱਧਦਾ ਗਿਆ। ਅੱਗੇ ਵੱਧਦੇ ਹੋਏ ਬਹੁਤ ਕੁਛ ਪਾਇਆ ਅਤੇ ਬਹੁਤ ਗਵਾਇਆ। ਜੋ ਗਵਾਇਆ ਉਹ ਸਾਰਾ ਹੀ ਦੁਨਿਆਵੀ ਸੀ, ਪਰ ਜੋ ਪਾਇਆ ਉਹ ਸੀ ਇੱਕ ਸਾਧੂ ਦੀ ਸੰਗਤ। ਅਤੇ ਉਹ ਆਪਣੀ ਗਰੀਬੀ ਦੇ ਹਾਲਾਤਾਂ 'ਚ ਆਪਣੀ ਜ਼ਿੰਦਗੀ ਦੇ ਨਾਲ ਲੜਿਆ ਅਤੇ ਬਹੁਤ ਮਿਹਨਤ ਕੀਤੀ, ਔਰ ਆਖਰ 'ਚ ਆ ਕੇ ਮਾਲਕ ਨੇ ਉਹਦੀ ਮਿਹਨਤ ਨੂੰ ਭਾਗ ਲਾਏ। ਮੈਂ ਇਹ ਦੱਸਣ 'ਚ ਬੜਾ ਮਾਣ ਮਹਿਸੂਸ ਕਰ ਰਿਹਾ ਕਿ ਸੱਜਣੋ ਉਹ ਬੱਚਾ ਮੈਂ ਸੀ।